ਵਾਲਾ ਜੀਵਨ ਜੀ ਦਾਨ ਤੇ ਭਗਤੀ ਲਾ ਜਾਂਦਾ। ਭਗਤੀ ਦੇ ਨਾਲ ਲਾ ਦੇਣਾ, ਤੋੜ ਦੇਣਾ ਇਹ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਸੁੰਦਰ ਜੀ ਇਹੀ ਰਸਤਾ ਹੈ, ਇਹੀ ਸੁਚੱਜਾ ਢੰਗ ਹੈ। ਪਰ ਅੱਗੇ ਜਿਹੜੀ ਮਿਹਨਤ ਹੁੰਦੀ ਹੈ ਉਹ ਸਾਰੀ ਹੀ ਜਗਿਆਸੂ ਤੇ ਹੀ ਖੜੀ ਹੁੰਦੀ ਹੈ ਕਿ ਉਹਨੂੰ ਅਸੀਂ ਉਹਨੇ ਕੁ ਦਾਇਰੇ ਦੇ ਵਿੱਚ ਹੀ ਰੱਖਣਾ ਜਾਂ ਉਹਨੂੰ ਵਧਾਉਣਾ। ਜਿਵੇਂ ਮਾਂ ਬਾਪ ਕਾਰੋਬਾਰ ਤੋੜ ਕੇ ਦੇ ਦਿੰਦੇ ਨੇ, ਕਿਸੇ ਤੋਂ ਅਸੀਂ ਕੰਮ ਸਿੱਖ ਲੈਂਦੇ ਹਾਂ ਅੱਗੇ ਉਹਨੂੰ ਵਾਧੇ ਦੇ ਵਿੱਚ ਲੈ ਕੇ ਜਾਣਾ ਜਾਂ ਘਾਟੇ ਦੇ ਵਿੱਚ ਲੈ ਕੇ ਜਾਣਾ, ਉਹ ਆਪੋ ਆਪਣੀ ਸੋਚ ਤੇ ਹੀ ਖੜਾ ਹੁੰਦਾ। ਘਾਟੇ 'ਚ ਕਿਉਂ ਜਾ ਰਿਹਾ ਹੈ? ਸਾਡੀ ਵਿਚਾਰ ਤੇ ਖੜਾ ਹੁੰਦਾ ਹੈ, ਸਾਡੀ ਬੋਲ ਬਾਣੀ ਤੇ ਖੜਾ ਹੁੰਦਾ ਹੈ। ਵਾਧੇ ਦੇ ਵਿੱਚ ਜਾਣਾ ਇਹ ਸਾਰਾ ਏਕਤਾ ਦਾ ਸਬੂਤ ਹੁੰਦਾ। ਕਿਤੇ ਘਾਟਾ ਵੀ ਖਾਣਾ ਪੈਂਦਾ, ਕਿਤੇ ਬੰਦੇ ਨੂੰ ਮਾਰ ਵੀ ਖਾਣੀ ਪੈਂਦੀ ਹੈ, ਕਿਤੇ ਸੰਗਤ ਜੀ ਸੱਡਣਾ ਵੀ ਪੈਂਦਾ, ਕਿਤੇ ਕੁਝ ਲੈਣਾ ਵੀ ਪੈਂਦਾ ਹੈ। ਭਾਵ ਕਿ ਇੱਕ ਤਰ੍ਹਾਂ ਦਾ ਹੀ ਵਿਵਹਾਰ ਨਹੀਂ ਸਾਰੀ ਦੁਕਾਨ ਦੇ ਵਿੱਚ ਚੱਲਦਾ ਹੁੰਦਾ ਹੈ। ਗੁਰਮੁਖਾਂ ਦਾ ਜਿਹੜਾ ਵਿਵਹਾਰ ਹੁੰਦਾ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਉਹ ਪ੍ਰੇਰਨਾ ਤਾਂ ਸਾਰਿਆਂ ਨੂੰ ਹੀ ਦਿੰਦੇ ਹਨ, ਬਾਕੀ ਜਿੰਨੀ ਜਿੰਨੀ ਕੋਈ ਚਾਲੀ ਤੇ ਚੱਲਦਾ ਹੈ ਉਹ ਸਿੱਖਾਂ ਨੂੰ ਤਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਨੇ ਇਹੀ ਹਦਾਇਤ ਦਿੱਤੀ ਹੈ। ਸਾਡੇ ਵੱਡੇ ਵੀ ਛੋਟੇ ਵੀ ਜੋ ਵੀ ਮਹਾਂਪੁਰਖ ਆਏ ਉਹਨਾਂ ਨੇ ਇਹੀ ਉਪਦੇਸ਼ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਕਿ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ, ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ। ਗੁਰਸਿੱਖਾਂ ਨੂੰ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਸਾਰੀ ਹੀ ਲੋਕਾਈ ਨੂੰ ਉਸ ਚਾਲੀ ਤੇ ਚੱਲਣ ਦੀ ਹੀ ਮਨੁੱਖਾ ਜਾਮੇ ਨੂੰ ਹਦਾਇਤ ਕੀਤੀ ਹੈ। ਜਿਹੜੇ ਜਿਹੜੇ ਮਹਾਂਪੁਰਖਾਂ ਤੋਂ ਪ੍ਰੇਰਨਾ ਲੈ ਕੇ, ਜਿਵੇਂ ਸੰਤ ਜੀ ਮਹਾਰਾਜ ਜੀ ਨੇ ਵੀ ਪ੍ਰੇਰਨਾ ਸਰੋਤ ਜਿਹੜਾ ਜੀਵਨ ਸੀ ਸੰਤ ਬਾਬਾ ਬਹਾਦਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਤੋਂ, ਵੀ ਜਿਹੜੀ ਗੁਰਸਿੱਖ ਦੀ ਚਾਲੀ ਹੈ ਉਹ ਆਪਦੀ ਚਾਲੀ ਨਹੀਂ ਹੈ, ਗੁਰੂ ਦੇ ਸਿੱਖ ਦੀ ਚਾਲੀ ਗੁਰੂ ਦੀ ਹੀ ਚਾਲੀ ਹੈ। ਸਾਨੂੰ ਨਵੇਂ ਰਸਤੇ ਗ੍ਰਹਿਣ ਕਰਨ ਦੀ ਕੋਈ ਖਾਸ ਲੋੜ ਨਹੀਂ ਹੈ, ਸਾਨੂੰ ਆਪਦਾ ਰਸਤਾ ਤਿਆਰ ਕਰਨ ਦੀ ਲੋੜ ਨਹੀਂ। ਸਾਨੂੰ ਰਸਤੇ ਤਾਂ ਮਹਾਂਪੁਰਖ ਕਮਾਈਆਂ ਵਾਲੇ ਤਿਆਰ ਕਰਕੇ ਦੇ ਗਏ, ਅਸੀਂ ਸੁੱਤੇ ਸਿੱਧ ਜਾਣਾ ਚਾਹੀਦਾ। ਜੇ ਹੁਣ ਸੰਗਤ ਜੀ ਅਸੀਂ ਆਪਦੇ ਰਸਤੇ ਨੂੰ ਉਸ ਗੁਰਮਤਿ ਦੇ ਰਸਤੇ ਨੂੰ ਛੱਡ ਗਏ, ਵੱਡਿਆਂ ਦੇ ਰਸਤੇ ਨੂੰ ਛੱਡ ਗਏ, ਅਸੀਂ ਦੂਸਰੇ ਰਸਤੇ ਨੂੰ ਗ੍ਰਹਿਣ ਕਰਾਂਗੇ। ਹੁਣ ਦੂਸਰੇ ਰਸਤੇ 'ਤੇ ਤੁਰਿਆਂ 'ਤੇ ਥੋੜ੍ਹਾ ਜਿਹਾ ਤਾਂ ਕਈ ਵਾਰੀ ਆਪਾਂ ਨਵੇਂ ਰਸਤੇ 'ਤੇ ਜਾਂਦੇ ਸੜਕ ਵਧੀਆ ਵੀ ਲੱਗਦੀ ਹੈ,
गड्डी भजाई जाओ भजाई चलो तो 10 किलोमीटर जाके देखी है बस फिर उत्थे खराब कदे टोए कदे कुछ कदे कुछ साढ़े रास्ते नहीं बदलने असी बदलना तो असी आपदे सुभा नू है बदलना तो असी आपदे ख्याल नू है जे संगत जी सतपुरशां दी संगत करके बाहरों ही बदलिया तो कख नहीं बदलिया जे जिदा आपां कहने फलाना बंदा बदल गया होना आपां नू कहण दी लोड़ ना पवे मैं बदल गया नहीं दूजे दसणगे बदल गया ये चीज नू आपां कहने भी मैं बदल गया नहीं तू नहीं अजे बदलिया जिदण समाज दे लोग कह लैणगे हुण बदल गया बई हुण की बदल गया बोल बदल गए दृष्टि बदल गई सुनना बदल गया किस दे नाल बदलिया अखां तां नहीं बदलियां अखां भी साडियां उही ने पहलां वालियां ने मूँह भी साडा उही लग्या जिहड़े मूँह दे नाल शराब पींदे सी उही मूँह दे नाल अमृत बाणी पढ़ी जा रही है हुण कन्न भी साडे उही ने संगत जी जिहड़े कन्नां दे नाल बहुत सारे लोग निंदिया सुनदे सी अज गुरु दी उस्तत सुनदे ने हथ भी उही ने जिहड़े पापां वल जा रहे सी अज उही सेवा दे विच वधे होए ने ਉਹਾਂ ਕਦਮ ਚੰਗੇਰੇ ਨੇ ਜਿਹੜੇ ਰਾਹ ਮੌਲਾ ਵੱਲ ਧਾਂਦੇ ਨੇ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਭਾਈ ਨੰਦ ਲਾਲ ਸਾਹਿਬ ਜੀ ਮਨੁੱਖ ਦੇ ਕਦਮ ਕਿਹੜੇ ਚੰਗੇ ਨੇ ਕੋਈ ਚਮੜੀ ਵਾਲਿਆਂ ਨੂੰ ਸੋਹਣਾ ਗਏਗਾ ਜਿਹਦੀ ਚਮੜੀ ਸੋਹਣੀ ਹੋਏਗੀ ਕੋਈ ਉਹਨਾਂ ਕਦਮਾਂ ਨੂੰ ਚੰਗੇ ਕਹੇਗਾ ਜਿਹਦੇ ਮੈਲ ਜੰਮੀ ਹੋਏਗੀ ਕਿ ਉਹਨਾਂ ਨੂੰ ਮਾੜਾ ਕਹੇਗਾ ਭਾਈ ਸਾਹਿਬ ਜੀ ਤੁਸੀਂ ਦੱਸੋ ਅੱਗਿਓਂ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਮਹਾਰਾਜ ਉਹਾਂ ਕਦਮ ਚੰਗੇਰੇ ਨੇ ਜਿਹੜੇ ਰਾਹ ਮੌਲਾ ਵੱਲ ਧਾਂਦੇ ਨੇ ਉਹ ਕਦਮ ਮਨੁੱਖ ਦੇ ਚੰਗੇ ਨੇ ਜਿਹੜੇ ਮੌਲਾ ਵਾਹਿਗੁਰੂ ਦੀ ਸੰਗਤ ਦੇ ਵਿੱਚ ਜਾਂਦੇ ਨੇ ਆਪਣੇ ਕਦਮ ਸਾਰਿਆਂ ਦੇ ਹੀ ਚੰਗੇ ਨੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਰੇ ਰਾਮ ਫਿਰ ਜਵਾਨ ਕਿਹੜੀ ਚੰਗੀ ਹੈ ਜਿਹੜੀ ਚੁੱਪ ਰਹਿੰਦੀ ਹੈ ਜਵਾਨ ਉਹੀ ਚੰਗੀ ਹੈ ਮਿੱਠੀ ਜਿਹਬਾ ਬੋਲ ਭਰੇ ਜੋ ਜਸ ਸਾਈਂ ਦਾ ਕਰਦੇ ਨੇ ਮਹਾਰਾਜ ਕਹਿੰਦੇ ਜਿਹੜੀ ਜਵਾਨ ਦੇ ਨਾਲ ਪਰਮੇਸ਼ਰ ਦਾ ਜਸ ਗਾਇਆ ਜਾਂਦਾ ਭਾਈ ਨੰਦ ਲਾਲ ਜੀ ਕਹਿੰਦੇ ਉਹ ਜਵਾਨ ਚੰਗੀ ਹੈ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹੁਣ ਗੁਰੂ ਕੁਝ ਕਹਿ ਰਿਹਾ ਆਪਾਂ ਕਹਿੰਦੇ ਜੇ ਮੇਰਾ ਮਨ ਮੰਨੂਗਾ ਕਰ ਲਾਂਗਾ ਮਨ ਕਿੰਨੀ ਦੇਰ ਤੱਕ ਮੰਨੇਗਾ ਬਈ ਬੱਚੇ ਨੇ ਸਕੂਲ ਦਾ ਦਾਖਲਾ ਲਿਆ ਹੋਇਆ ਹੈ ਸੰਗਤ ਜੀ ਜਾ ਰਿਹਾ ਜੇ ਸਮੇਂ ਨਾਲ ਜਾ ਰਿਹਾ ਸਮੇਂ ਨਾਲ ਕਲਾਸ ਅਟੈਂਡ ਕਰ ਰਿਹਾ ਟੀਚਰ ਦੀ ਵੀ ਖੁਸ਼ੀ ਹੈ ਘਰ ਦੀ ਵੀ ਖੁਸ਼ੀ ਹੈ ਜੇ ਰੋਜ਼ ਹੀ ਬਹਾਨਾ ਘੱਟਦਾ ਰਹੇ ਅੱਜ ਜੀ ਬੁਖਾਰ ਚੜ ਗਿਆ ਅੱਜ ਜੀ ਆਹ ਹੋ ਗਿਆ ਅੱਜ ਜੀ ਹੋ ਗਿਆ ਫਿਰ ਤਾਂ ਟੀਚਰ ਵੀ ਕਹਿ ਦਿੰਦੇ ਆ ਇਹਨੂੰ ਬੁਖਾਰ ਕੋਈ ਨਹੀਂ ਮਨ ਮਰਜ਼ੀ ਕਰਦਾ ਮਨ ਮਰਜ਼ੀ ਵਾਲੇ ਨੂੰ ਤਾਂ ਕੋਈ ਖਾਸ ਥਾਂ ਮਿਲਦੀ ਨਹੀਂ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਉਹਨਾਂ ਦੇ ਗੁਰੂਆਂ ਨੇ ਉਹਨਾਂ ਦਾ ਕੋਈ ਆਪਦਾ ਉਪਦੇਸ਼ ਨਹੀਂ ਸੀ ਸੰਤ ਮਹਾਰਾਜ ਦੇ ਤਾਂ ਬਾਬੇ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੀ ਭਾਈ ਦਿਆ ਸਿੰਘ ਜੀ ਦੀ ਸੰਪਰਦਾ ਜਿਹੜੀ ਹੈ ਨਾ ਭਾਈ ਦਿਆ ਸਿੰਘ ਜੀ ਨੇ ਕਿਹਨਾਂ ਦਾ ਹੁਕਮ ਮੰਨਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨਿਆ ਫਿਰ ਜਿਹਨਾਂ ਨੇ ਭਾਈ ਦਿਆ ਸਿੰਘ ਜੀ ਦੀ ਸੰਪਰਦਾ ਦੇ ਵਿੱਚ ਰਹਿ ਕੇ ਸੰਗਤ ਜੀ ਚਾਹੇ ਉਹ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਤੋਂ ਲੈ ਕੇ ਕਿੰਨੇ ਮਹਾਂਪੁਰਖ ਆਏ ਚਾਹੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਵੱਡੇ ਸਿੰਘ ਜੀ ਮਹਾਰਾਜ ਛੋਟੇ ਮਹਾਰਾਜ ਜੀ ਚਾਹੇ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਲੰਗਰਾਂ ਵਾਲੇ ਜਿਨ੍ਹਾਂ ਜਿਨ੍ਹਾਂ ਨੇ ਵੀ ਉਹਨਾਂ ਦੇ ਹੁਕਮ ਦੇ ਵਿੱਚ ਸਵਾਵਾਂ ਨਿਭਾਈਆਂ ਉਹ ਕਿਸੇ ਦਾ ਵੀ ਹੁਕਮ ਮੰਨ ਲਿਆ ਉਹ ਗੁਰੂ ਦਾ ਹੀ ਹੁਕਮ ਹੈ ਕਿਉਂਕਿ ਗੁਰਸਿੱਖਾਂ ਦੀ ਰਸਨਾ 'ਤੇ ਵਰਤ ਕੇ ਹੀ ਗੁਰੂ ਹੁਕਮ ਕਰਦਾ ਹੈ ਅਤੇ ਸੰਗਤ ਜੀ ਗੁਰੂ ਦਾ ਹੀ ਹੁਕਮ ਹੈ ਕੋਈ ਉਹਨਾਂ ਦਾ ਆਪਦਾ ਹੁਕਮ ਨਹੀਂ ਹੈ ਵੀ ਮੇਰਾ ਹੁਕਮ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਉਹ ਵੀ ਬਾਣੀ ਦਾ ਸਿਧਾਂਤ ਸਾਹਮਣੇ ਰੱਖਦੇ ਨੇ ਵੀ ਜੋ ਸਾਡੇ ਗੁਰੂਆਂ ਨੇ ਇਹ ਰਸਤਾ ਦਿੱਤਾ ਹੈ ਜਿਹੜਾ ਜਿਹੜਾ ਰਸਤੇ 'ਤੇ ਚੱਲੀ ਜਾਏਗਾ ਮਰਿਆਦਾ ਰਸਤੇ 'ਤੇ ਵੀ ਇੱਕ ਤਾਂ ਰਸਤੇ 'ਤੇ ਚੱਲਣਾ ਕਿ ਚੱਲਣਾ ਵੀ ਮਰਿਆਦਾ ਦੇ ਵਿੱਚ ਪੈਣਾ ਰਸਤਾ ਤਾਂ ਹੁਣ ਸਾਰੇ ਤੁਰ ਲੈਂਦੇ ਆਪਾਂ ਸਾਰੇ ਤੁਰੇ ਹੋਏ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਇਹ ਸਾਰਿਆਂ ਨੂੰ ਦਿਖ ਰਿਹਾ ਹੈ ਪਰ ਸਾਡੇ ਖਿਆਲਾਂ ਨੇ ਹਜੇ ਰਸਤਾ ਨਹੀਂ ਪਕੜ ਕੀਤਾ ਰਸਤੇ 'ਤੇ ਚੱਲਣ ਦੀ ਵੀ ਕੋਈ ਮਰਿਆਦਾ ਹੈ ਆਹ ਸੜਕ 'ਤੇ ਜਾ ਰਹੇ ਹੋ ਤੁਸੀਂ ਕਹੋ ਜੀ ਮੇਰੀ ਮਰਜ਼ੀ ਹੈ ਮੈਂ ਤਾਂ ਖੱਬੇ ਪਾਸੇ ਜਾਣਾ ਕਿੰਨੀ ਕੁ ਦੇਰ ਤੱਕ ਮਰਜ਼ੀ ਕਰੋਗੇ ਨਾਲੇ ਕਿਸੇ ਨੂੰ ਮਾਰੋਗੇ ਨਾਲੇ ਆਹ ਮਰੋਗੇ ਜਿਹੜੇ ਲੋਕ ਰਸਤਾ ਤਾਂ ਧਰਮ ਦਾ ਹੀ ਚੁਣ ਲੈਂਦੇ ਆ ਪਰ ਮਨ ਮਰਜ਼ੀ ਆਪਦੀ ਕਰਦੇ ਆ ਨਾ
ਉਹ ਵੀ ਲੋਕ ਡੁੱਬਰਦੇ ਨੇ। ਉਹ ਆਪ ਵੀ ਡੁੱਬਦਿਆ ਉਹ ਆਪ ਡੁੱਬੇ ਚਹ ਬੇਦ ਮੈਂ ਚੇਲੇ ਦੀ ਬਹਾਈ। ਉਹ ਲੋਕਾਂ ਨੇ ਧਰਮ ਦੀ ਆੜ ਲੈ ਕੇ ਨਾਲੇ ਉਹ ਆਪ ਡੁੱਬੇ ਨਾਲੇ ਹਜ਼ਾਰਾਂ ਨੂੰ ਹੋਰ ਡੁੱਬ ਰੱਖਿਆ। ਸੰਤ ਜੀ ਮਹਾਰਾਜ ਨੇ ਉਹ ਰਸਤਾ ਸਾਨੂੰ ਦਿੱਤਾ। ਆਓ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਗੰਗਾਨਗਰ ਤੋਂ ਪਹੁੰਚੇ ਨੇ। ਵਾਹਿਗੁਰੂ ਕਿਰਪਾ ਕਰਨ ਤੋਂ ਆਪਾਂ ਲਾਹਾ ਲੈਣਾ ਹੈ। ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਵੇਂ ਹਰੀ ਦੀ ਕਥਾ ਨਿਰਾਲੀ ਹੋ ਜਾਂਦੀ ਹੈ, ਇਵੇਂ ਰੱਬ ਦੇ ਪਿਆਰਿਆਂ ਦੀ ਵੀ ਅੱਜ ਕਥਾ ਨਿਰਾਲੀ ਕਥਾ ਹੈ। ਨਿਰਾਲੀ ਕੀ ਹੈ? ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਗੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤਾ ਨਾ ਹੀ ਬੋਲਣਾ, ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ, ਮੋਹਰਾ ਹੁਣ ਸੰਭਲ ਥੱਗੀ ਜੀ, ਉਹ ਕਦੇ ਨਾ ਬੋਲੇ ਕੌਰਾ। ਇਹ ਰੱਬ ਦੇ